ਓਏ ਇੱਕ ਮਿੰਟ ਬਾਈ ਤੂੰ ਬਾਈ ਗੱਲ ਤਾਂ ਸੁਣ ਯਾਰ ਪਰੇ ਹੋ ਜਾ ਖੜ ਜਾ ਇੱਕ ਮਿੰਟ ਕੁੜੀਏ ਕਿੱਧਰ ਗਈ ਤੇਰੀ ਉਹ ਜ਼ਬਾਨ ਹੁਣਾ ਜਿਹੜੀ ਨਾਲ ਤੂੰ ਕਹਿੰਦੀ ਮੇਰੀ ਚੁੰਨੀ ਤੇਰੀ ਪੱਗ ਬਾਬਲਾ ਕਿੱਧਰ ਗਏ ਤੇਰੇ ਉਹ ਬਾਹਰੇ ਹੁਣ ਕਰਕੇ ਹਟੀ ਉਹੀ ਕੰਮ ਜਿਹੜਾ ਨਹੀਂ ਕਰਨਾ ਸੀ ਜਿੰਦਾ ਕਿਨੇ ਖੋਲਿਆ ਚਾਬੀ ਵੀ ਵਿੱਚ ਹੈ प्रीत 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 गुरविंदर तू तू इत्थे किवें जस किथे आ कौन जस गल की आ तू साइड हो मेरे तो गल दस की हुई आ तू इत्थे किवें बस उस तो बाद मेनू एक रुमाल जिहा दिता सी उस तो बाद मेनू समझ नहीं आती की हो रहा है सब मैं हुण उठी हाँ ਵੈਸੇ ਜਸ ਕਿੱਥੇ ਗਿਆ ਤੂੰ ਮੈਨੂੰ ਇਹ ਦੱਸ ਤੂੰ ਘਰੋਂ ਕੋਈ ਪੈਸੇ ਪੂਸੇ ਤਾਂ ਨਹੀਂ ਲੈ ਕੇ ਆਈ ਹਾਂ ਮੈਂ ਸੋਨਾ ਲੈ ਕੇ ਆਈ ਸੀਗੀ ਨਾਲੇ ਪੈਸੇ ਵੀ ਜੇ ਤਾਂ ਕੁਛ ਵੀ ਨਹੀਂ ਦਿਖਦਾ ਪਿਆ ਉਹ ਦੇਖਣਗੇ ਕਿੱਥੋਂ ਨਾਲੇ ਗਹਿਣੇ ਨਾਲੇ ਪੈਸੇ ਅਗਲਾ ਲੈ ਕੇ ਪੈਸੇ ਫਰਾਰ ਹੋ ਗਿਆ ਨਾਲੇ ਗਹਿਣੇ ਉਹ ਤੇਰੇ ਨਾਲ ਨਹੀਂ ਪੈਸੇ ਨੂੰ ਪਿਆਰ ਕਰਦਾ ਸੀ ਹੁਣ ਸਮਝ ਲੱਗਿਆ ਤੈਂ ਮੈਨੂੰ ਰਿਸ਼ਤੇ ਨੂੰ ਨਾ ਕਿਉਂ ਕੀਤੀ ਸੀ ਇਹ ਤਾਂ ਜੱਸ ਆ ਸਾਡੇ ਪਿੰਡੋਂ ਤੇ ਮੇਰਾ ਦੋਸਤ ਵੀ ਆ ਅੱਛਾ ਹੁਣ ਸਮਝ ਲੱਗੀ ਉਹ ਤੈਨੂੰ ਇੱਥੇ ਕਿਉਂ ਛੱਡ ਗਿਆ ਕਿਉਂਕਿ ਉਹ ਇੱਥੇ ਆਉਂਦਾ ਜਾਂਦਾ ਸੀ ਉਹਨੂੰ ਪਤਾ ਸੀ ਵੀ ਇੱਥੇ ਕੋਈ ਨਹੀਂ ਆਉਣਾ ਹੈਗਾ ਰਾਤ ਨੂੰ ਤੇਰੇ ਪਿੰਡ ਦਾ ਤੇਰਾ ਯਾਰ ਹੁਣ ਤਾਂ ਮੈਨੂੰ ਮਰਨਾ ਪੈਣਾ ਉਹ ਪ੍ਰੀਤ ਤੂੰ ਟੈਨਸ਼ਨ ਨਾ ਲੈ ਤੂੰ ਮੈਨੂੰ ਸਾਰੀ ਗੱਲ ਦੱਸ ਕਿਵੇਂ ਤੇ ਕੀ ਹੋਇਆ ਫਿਰ ਹੱਲ ਦੇਖਾਂਗੇ ਕੋਈ ਆ ਗਿਆ ਮੇਰਾ ਪੁੱਤ ਲੈ ਬਾਪੂ ਜੀ ਤੁਸੀਂ ਮੈਨੂੰ ਉਹਦੀ ਪਹਿਚਾਣ ਲਿਆ ਉਹ ਪੁੱਤ ਤੂੰ ਮੇਰਾ ਪੁੱਤ ਹੈ ਮੈਂ ਤੈਨੂੰ ਚੱਕ ਕੇ ਖੜਾਇਆ ਹੱਥਾਂ 'ਚ ਬਾਪੂ ਜੀ ਮੈਂ ਤਾਂ ਬਿਨਾਂ ਦੱਸਿਆ ਹੀ ਸੀ ਵੀ ਮੈਂ ਉਹਨਾਂ ਨੂੰ ਸਰਪ੍ਰਾਈਜ਼ ਦਊਂਗੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਦੇਖੂੰਗੀ ਜੋ ਮੈਨੂੰ ਦੇਖਣ ਤੇ ਆਉਂਦੀ ਆ ਤੈਨੂੰ ਦੇਖ ਕੇ ਤਾਂ ਪੁੱਤ ਮੇਰਾ ਰੋਮ ਰੋਮ ਖਿੜ ਜਾਂਦਾ ਹੈ ਜਿਵੇਂ ਰੱਬ ਨੇ ਮੈਨੂੰ ਸਾਰਾ ਕੁਝ ਹੀ ਦਿੱਤਾ ਕੁਛ ਨਹੀਂ ਲੁਕੋ ਕੇ ਰੱਖਿਆ ਮੈਥੋਂ ਹਾਏ ਰੱਬਾ ਮੇਰਾ ਬਾਪੂ ਮੈਨੂੰ ਕਿੰਨਾ ਪਿਆਰ ਕਰਦਾ ਧੀਏ ਇਹ ਚਮਕ ਮੇਰੀਆਂ ਅੱਖਾਂ 'ਚ ਪੁੱਤ ਤੇਰੇ ਕਰਕੇ ਹੈ ਇਹਦਾ ਮਰਨ ਤੱਕ ਅਸੀਂ ਰਹੂ ਪੁੱਤ ਪੁੱਤ ਇੱਦਾਂ ਦਾ ਕੰਮ ਨਾ ਕੋਈ ਕਰੀ ਜਿਹੜੀਆਂ ਮੇਰੀਆਂ ਅੱਖਾਂ ਪੁੱਤ ਪੱਤਝੜ ਵਾਂਗੂ ਹੋ ਜਾਣਾ ਲੈ ਬਾਪੂ ਤੁਸੀਂ ਮਰਨ ਦੀਆਂ ਗੱਲਾਂ ਨਾ ਕਰਿਆ ਕਰੋ ਪਹਿਲਾਂ ਮੈਨੂੰ ਮੰਮੀ ਛੱਡ ਕੇ ਤੁਰ ਗਈ ਹੁਣ ਤੁਸੀਂ ਵੀ ਨਾ ਐਵੇਂ ਦੀਆਂ ਗੱਲਾਂ ਕਰਦੇ ਹੋ ਉਹ ਪੁੱਤ ਮੈਂ ਤੈਨੂੰ ਫਿਕਰ ਨਾ ਕਰ ਕਿਤੇ ਨਹੀਂ ਛੱਡ ਕੇ ਜਾਂਦਾ ਮੈਂ ਤਾਂ ਪੁੱਤ ਤੇਰੇ ਸਾਹ ਬਣ ਕੇ ਤੇਰੇ ਨਾਲ ਨਾਲ ਰਹੂੰ ਠੀਕ ਹੈ ਬਾਪੂ ਜੀ ਦੇਖਤੀ ਏ ਤੇਰੇ ਹੁਣ ਨਾ ਦੇਖ ਘਰ ਦੇ ਵਿੱਚ ਰੌਣਕ ਅਲੱਗ ਹੀ ਹੈ ਸਾਰਾ ਘਰ ਹੱਸਣ ਖੇਡਣ ਲੱਗ ਗਿਆ ਪੁੱਤ
ਕਰਮਜੀਤ ਕਾਲ ਜੀ ਆ ਰਹੇ ਹੋ ਹਾਂ ਜੀ ਵੀਰੇ ਤੁਸੀਂ ਨਹੀਂ ਜਾਣਾ ਨਾ ਨਾ ਮੈਂ ਤਾਂ ਕਿਤੇ ਹੋਰ ਜਾ ਕੇ ਆਉਣਾ ਮੈਨੂੰ ਸਭ ਪਤਾ ਤੁਸੀਂ ਕਿੱਥੇ ਜਾਣਾ ਜੇ ਮੈਂ ਚਾਚੇ ਨੂੰ ਦੱਸਦਾ ਨਾ ਤੇਰਾ ਉਹ ਹਾਲ ਹੋਣਾ ਜੋ ਕਦੇ ਹੋਇਆ ਨਾ ਹੋਵੇ ਕਿਤਾ ਕਦੇ ਵੀ ਨਹੀਂ ਹੋ ਸਕਦਾ ਕਿਉਂ ਨਹੀਂ ਹੁੰਦਾ ਅੱਜ ਹੀ ਵੇਖ ਲਈ ਤੂੰ ਮੈਨੂੰ ਆਪਦੀ ਭੈਣ ਤੇ ਪੂਰਾ ਮਾਣ ਆ ਮੈਨੂੰ ਉਹ ਕਦੇ ਮੁਸੀਬਤ 'ਚ ਪਾ ਨਹੀਂ ਸਕਦੀ ਆਹੋ ਆ ਮਿੱਠੀਆਂ ਗੱਲਾਂ ਕਰਕੇ ਮੈਨੂੰ ਰੋਕ ਲਿਆ ਨਾਲੇ ਮੇਰੀ ਚਾਕਲੇਟ ਕਿੱਥੇ ਆ ਉਹ ਚਾਕਲੇਟ ਦੀ ਕੀ ਗੱਲ ਆ ਆ ਫੜ ਥੈਂਕ ਯੂ ਵੀਰੇ ਪਾਣੀ ਲਿਆ ਪੁੱਤ ਗਲਾਸ ਲਿਆਉਣੀ ਹੈ ਬਾਪੂ ਜੀ ਨਹੀਂ ਵੀ ਤੂੰ ਬੈਠ ਮੈਂ ਲੈ ਕੇ ਉਹ ਤੂੰ ਵੀ ਪੜਦਾ ਕਰਮ ਵਾਲਾ ਮੋਟਾ ਸਾਰਾ ਦਿਨ ਇੱਥੇ ਉਂਗਲਾਂ ਮਾਰੀ ਜਾਂਦਾ ਫੋਨ ਤੇ ਉਹ ਤਾਇਆ ਫਿਕਰ ਕਾਹਨੂੰ ਕਰਦਾ ਆਪਣੀ ਪ੍ਰੀਤ ਪੜ ਕੇ ਵੱਡੀ ਅਫਸਰ ਲੱਗ ਜੇ ਆਪਣੀ ਜ਼ਿੰਦਗੀ ਦਾ ਆਪ ਹੀ ਸਫਲ ਆ ਆ ਲੱਛਣ ਦੇਖ ਕੇ ਤਾਂ ਤੁਹਾਡੇ ਲੱਗਦਾ ਨਹੀਂ ਵੀ ਸਫਲ ਹੋ ਜਾਓਗੇ ਤੁਸੀਂ ਕਿਉਂ ਬਾਪੂ ਵੀਰੇ ਨੇ ਇਹੋ ਜਿਹਾ ਕੀ ਕਰਤਾ ਇਹ ਤਾਂ ਮੇਰੀ ਇੰਨੀ ਸਪੋਰਟ ਕਰਦਾ ਆ ਕੱਲ ਮੈਂ ਸ਼ਹਿਰ ਗਿਆ ਸੀ ਭਾਈ ਇਹ ਨਾ ਜੂਸ ਵਾਲੀ ਰੇੜੀ ਤੇ ਜੂਸ ਪੀਂਦਾ ਕਿਸੇ ਕੁੜੀ ਨਾਲ ਗੱਲਾਂ ਮਾਰ ਰਿਹਾ ਤੇ ਹੱਸ ਹੱਸ ਕੇ ਜਿਹੜੇ ਤੇ ਲੱਛਣ ਨੇ ਉਹ ਤਾਇਆ ਉਹਦਾ ਮੇਰੀ ਦੋਸਤ ਦੀ ਅਸੀਂ ਇਕੱਠੇ ਕਾਲਜ 'ਚ ਪੜ੍ਹਦੇ ਆ ਇਹ ਤਾਂ ਆਮ ਜੀਆਂ ਗੱਲਾਂ ਨੇ ਕੁੜੀਆਂ ਮੁੰਡਿਆਂ ਵਾਸਤੇ ਪ੍ਰੀਤ ਭਾਈ ਦੋਸਤ ਤਾਂ ਫਿਰ ਤੇਰੇ ਵੀ ਹੋਣਗੇ ਕਾਲਜ 'ਚ ਨਹੀਂ ਨਹੀਂ ਬਾਪੂ ਮੈਂ ਤਾਂ ਸਿਰਫ ਪੜ੍ਹਾਈ ਵਿੱਚ ਧਿਆਨ ਦਿੰਨੀ ਆ ਮੈਨੂੰ ਨਹੀਂ ਪਤਾ ਲੱਗਦਾ ਕਾਲਜ 'ਚ ਕੀ ਚੱਲਦਾ ਕੀ ਨਹੀਂ ਸ਼ਾਬਾਸ਼ ਏ ਪੁੱਤ ਦੱਬ ਕੇ ਰੱਖ ਕੰਮ ਪਿੰਡ 'ਚ ਨਾ ਲੋਕ ਗੱਲਾਂ ਕਰਦੇ ਨੇ ਵੀ ਇੰਦਰਜੀਤ ਦੀ ਕੁੜੀ ਵਰਗੀ ਸਿਆਣੀ ਕੋਈ ਕੁੜੀ ਨਹੀਂ ਬਾਪੂ ਤੁਹਾਨੂੰ ਅੱਗੇ ਕਦੇ ਮੇਰਾ ਲਾਂਭਾ ਆਇਆ ਮੈਂ ਨਾ ਆਪਣੀ ਚੁੰਨੀ ਤੇ ਤੁਹਾਡੀ ਪੱਗ ਦਾ ਦਿਨ ਰਾਤ ਖਿਆਲ ਰੱਖਦੀ ਆ ਪੁੱਤ ਜਿੱਦੇ ਧੀ ਜੰਮ ਪੈਂਦੀ ਏ ਨਾ ਬਾਪ ਨੂੰ ਦਿਨ ਰਾਤ ਉਹਦੇ ਵਿਆਹਣ ਤੱਕ ਇੱਕੋ ਫਿਕਰ ਲੱਗਿਆ ਰਹਿੰਦਾ ਵੀ ਕਿਤੇ ਉਹਦੀ ਧੀ ਪੱਗ ਨੂੰ ਦਾਗ ਨਾ ਲਾ ਦੇ ਹਾਂਜੀ ਬਾਪੂ ਇਹ ਤਾਂ ਹੈ ਪਰ ਮਾਂ ਪਿਓ ਨੂੰ ਆਪਣੇ ਜਵਾਕ ਤੇ ਨਾ ਭਰੋਸਾ ਰੱਖਣਾ ਚਾਹੀਦਾ ਤੇ ਜਵਾਕ ਨੂੰ ਵੀ ਆਪਣੇ ਮਾਂ ਪਿਓ ਦੀ ਇੱਜ਼ਤ ਦਾ ਖਿਆਲ ਰੱਖਣਾ ਚਾਹੀਦਾ ਆ ਬਾਪੂ ਜੀ ਮੈਂ ਤੁਹਾਡੇ ਵਾਸਤੇ ਰੋਟੀ ਬਣਾ ਕੇ ਲੈ ਕੇ ਆਉਣੀ ਆ ਉਹ ਬਾਹੇ ਜੀ ਧੀ ਘਰ ਘਰ ਹੋਵੇ ਸਭ ਨੂੰ ਇਹ ਜਿਹਾ ਸਿਆਣਾ ਧੀ ਪੁੱਤ ਨਹੀਂ ਉਹ ਪੁੱਤ ਰੋਟੀ ਤਾਂ ਮੈਂ ਫੇਰ ਖਾ ਲੂੰਗਾ ਪਹਿਲਾਂ ਤੂੰ ਪੜ੍ਹ ਲੈਂਦੀ ਬਾਪੂ ਜੀ ਹੁਣ ਮੈਂ ਰਾਤ ਨੂੰ ਹੀ ਪੜੂੰਗੀ ਹੁਣ ਮੇਰਾ ਧਿਆਨ ਨਹੀਂ ਲੱਗਣਾ ਪੜ੍ਹਾਈ 'ਚ ਡੈਡੀ ਜੀ ਪਾਣੀ ਲੈ ਕੇ ਆਇਓ ਡੈਡੀ ਜੀ ਬੋਲੀ ਨਹੀਂ ਹੈਗੇ ਮੈਨੂੰ ਆਪ ਹੀ ਪਾਣੀ ਚੱਕ ਕੇ ਪੀਣਾ ਪੈਣਾ ਲੈ ਹੁਣ ਬੱਲ ਕਿਹਨੇ ਮਾਰਤੀ ਚੱਲ ਮੈਂ ਦੇਖਦੀ ਹਾਂ ਕੌਣ ਆਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੱਸੋ ਜੀ ਮੈਂ ਸਰਵੇ ਕਰਨ ਆਇਆਗਾ ਤੇ ਤੁਹਾਡੀ ਫੈਮਿਲੀ ਬਾਰੇ ਪੁੱਛਗਿੱਛ ਕਰਨੀ ਸੀ ਕੀ ਮੈਂ ਅੰਦਰ ਆ ਸਕਦਾ ਹਾਂਜੀ ਆ ਜਾ ਬੈਠੋ ਤੁਸੀਂ ਮੈਂ ਪਾਣੀ ਲੈ ਕੇ ਆਈ ਠੀਕ ਹੈ ਜੀ ਆਲੂ ਜੀ ਪਾਣੀ ਲਿਓ ਜੀ ਧੰਨਵਾਦ ਜੀ ਤੁਹਾਡਾ ਤੁਸੀਂ ਪਹਿਲੇ ਇਨਸਾਨ ਹੋ ਜਿਨ੍ਹਾਂ ਨੇ ਪਾਣੀ ਪੁੱਛਿਆ ਨਹੀਂ ਅੱਜ ਕੱਲ੍ਹ ਤਾਂ ਲੋਕ ਗੇਟ 'ਚ ਹੀ ਮੋੜ ਦਿੰਦੇ ਨੇ ਕੋਈ ਗੱਲ ਨਹੀਂ ਜੀ ਮੈਂ ਸਭ ਸਮਝਦੀ ਹਾਂ ਤੁਹਾਡੀ ਇਸ ਜੌਬ ਨੂੰ ਬਹੁਤ ਭੱਜਦੌੜ ਹੁੰਦੀ ਹੈ ਇਸ ਵਿੱਚ ਤੁਸੀਂ ਬਹੁਤ ਸਮਝਦਾਰ ਹੋ ਚਲੋ ਛੱਡੋ ਇਹ ਗੱਲਾਂ ਨੂੰ ਤੁਸੀਂ ਆਪਣੇ ਫੈਮਿਲੀ ਮੈਂਬਰਾਂ ਬਾਰੇ ਦੱਸੋ ਮੈਨੂੰ ਮੇਰੀ ਫੈਮਿਲੀ ਦੇ ਵਿੱਚ ਮੈਂ ਤੇ ਮੇਰੇ ਡੈਡੀ ਨੇ ਮੇਰਾ ਨਾਮ ਸਿਮਰਜੀਤ ਕੌਰ ਆ ਉਮਰ 21 ਸਾਲ ਤੇ ਪਾਪਾ ਦਾ ਨਾਮ ਹੈਗਾ ਇੰਦਰਜੀਤ ਸਿੰਘ ਉਮਰ 42 ਸਾਲ ਜੀ ਸੌਰੀ ਪਰ ਫੈਮਿਲੀ 'ਚ ਕੋਈ ਹੋਰ ਨਹੀਂ ਹੈਗਾ ਜਿਵੇਂ ਮੰਮੀ ਜਾਂ ਕੋਈ ਬ੍ਰਦਰ ਮੰਮਾ ਦੀ ਤਾਂ ਡੈਥ ਹੋ ਗਈ ਸੀ ਜਦ ਮੈਂ ਛੋਟੀ ਹੁੰਦੀ ਸੀ
ਤੇ ਇਸ ਘਰ ਦੀ ਮੈਂ ਇਕਲੌਤੀ ਵਾਰਿਸ ਹਾਂ। ਉਦਾਸ ਨਾ ਹੋ ਜੀ, ਜੇ ਗੁੱਸਾ ਨਾ ਕਰੋ ਤਾਂ ਇੱਕ ਗੱਲ ਕਹਾਂ। ਗੁੱਸਾ ਤਾਂ ਕੀ ਕਰਨਾ ਜੀ, ਤੁਸੀਂ ਦੱਸੋ ਤਾਂ ਸਹੀ ਜੀ। ਭੁੱਖ ਬਹੁਤ ਲੱਗੀ ਸੀਗੀ, ਜੇ ਕੱਪ ਚਾਹ ਦਾ ਲਿਆ ਦੋ ਥੋੜਾ ਧੰਨਵਾਦ ਬਹੁਤ ਹੋਊਗਾ। ਚਲੋ ਕੋਈ ਨਾ, ਮੈਂ ਹੁਣੀ ਬਣਾ ਕੇ ਲੈ ਕੇ ਆਈ, ਇਹ ਤਾਂ ਸਾਡਾ ਫਰਜ਼ ਹੈ। ਤੁਸੀਂ ਬੈਠੋ ਇੱਥੇ। ਠੀਕ ਹੈ ਜੀ। ਘਰ ਬਾਰ ਵੀ ਬਹੁਤ ਵਧੀਆ ਹੈਗਾ ਤੇ ਕੁੜੀ ਵੀ ਇਕੱਲੀ ਹੈ, ਕੁੜੀ ਵੀ ਪਰੀਆਂ ਵਰਗੀ ਆ। ਜੇ ਇੱਥੇ ਗੱਲ ਬਣ ਗਈ ਨਾ ਤਾਂ ਸਵਾਦ ਹੀ ਆਜੂਗਾ। ਆਲੋ ਜੀ ਚਾਹ। ਬਹੁਤ ਧੰਨਵਾਦ ਤੁਹਾਡਾ ਜੀ। ਤੁਹਾਨੂੰ ਜ਼ਿਆਦਾ ਭੁੱਖ ਲੱਗੀ, ਮੈਂ ਰੋਟੀ ਵੀ ਬਣਾ ਕੇ ਲਿਆ ਕੇ ਦੇ ਸਕਦੀ ਹਾਂ। ਨਹੀਂ ਨਹੀਂ ਜੀ, ਰੋਟੀ ਤਾਂ ਕੋਈ ਲੋੜ ਨਹੀਂ, ਬਸ ਚਾਹ ਦੀ ਲੋੜ ਸੀਗੀ। ਚਾਹ ਤੁਸੀਂ ਬਣਾ ਦੀ। ਠੀਕ ਹੈ। ਤੇ ਤੁਸੀਂ ਨਹੀਂ ਪੀਣੀ ਚਾਹ? ਨਹੀਂ ਨਹੀਂ, ਮੈਂ ਬਸ ਇੱਕੋ ਟਾਈਮ ਪੀਨੀ ਆ, ਮਾਰਨਿੰਗ ਟਾਈਮ। ਤਾਂ ਹੀ ਤੈਨੇ ਸੋਹਣੇ ਪਏ ਹੋ। ਵੈਸੇ ਤੁਸੀਂ ਕਰਦੇ ਕੀ ਹੋ? ਬਸ ਮੇਰੀ ਸਟੱਡੀ ਕੰਪਲੀਟ ਹੋਣ ਵਾਲੀ ਆ। ਵੈਸੇ ਤਾਂ ਜੀ ਮੈਂ ਅਫਸਰ ਆਗਾ ਤੇ ਮੇਰਾ ਕੰਮ ਦਫ਼ਤਰ ਦੇ ਵਿੱਚ ਬਹਿ ਕੇ ਹੁੰਦਾ ਹੈਗਾ ਤੇ ਉਹਨਾਂ ਨੂੰ ਫਾਈਲ ਦੀ ਜਲਦੀ ਲੋੜ ਸੀਗੀ ਤੇ ਵਰਕਰ ਆਏ ਨਹੀਂ ਹੈਗੇ, ਤਾਂ ਕਰਕੇ ਮੈਂ ਆਪ ਹੀ ਆ ਗਿਆ। ਅੱਛਾ ਜੀ, ਫਿਰ ਤਾਂ ਸ਼ਾਹੀ ਕੰਮ ਹੈ। ਮੈਂ ਵੀ ਇੱਕ ਅਫਸਰ ਬਣਨਾ ਆ, ਮੇਰੇ ਬਾਪੂ ਦਾ ਸੁਪਨਾ ਆ। ਲੈ ਫਿਰ ਟੈਨਸ਼ਨ ਲੈਣ ਵਾਲੀ ਕੀ ਗੱਲ ਹੈ, ਤੁਸੀਂ ਇੱਕ ਹੁਕਮ ਕਰੋ, ਆਪਣੇ ਉੱਪਰ ਤੱਕ ਪਹੁੰਚ ਹੈਗੀ, ਤੁਹਾਨੂੰ ਅਫਸਰ ਹੁਣੇ ਲਵਾ ਦਿੰਦੇ ਆਪਾਂ ਤੇ ਤਨਖਾਹ 50,000 ਰੁਪਇਆ ਮਹੀਨਾ ਹੋਊਗੀ। ਸੱਚੀ ਜੀ, ਫਿਰ ਤਾਂ ਸਾਰੀ ਉਮਰ ਦੀ ਲਾਈਫ ਸੈੱਟ ਹੋ ਜਾਣੀ ਆ ਮੇਰੀ। ਤੁਸੀਂ ਐਂ ਕਰੋ, ਮੈਨੂੰ ਆਪਣਾ ਨੰਬਰ ਦਿਓ। ਲਿਆਓ ਜੀ, ਦੇ ਦਿੰਦੇ ਹਾਂ। ਲੈ ਹੱਥ ਕਰੋ ਆਪਣਾ। ਚਲੋ ਠੀਕ ਹੈ ਜੀ, ਮੈਂ ਚੱਲਦਾ। ਤੁਸੀਂ ਐਂ ਕਰੋ, ਰੋਟੀ ਵੀ ਖਾ ਜਾਂਦੇ। ਉਹ ਨਹੀਂ ਜੀ, ਰੋਟੀ ਤਾਂ ਮੈਂ ਫਿਰ ਕਦੇ ਖਾਊਂਗਾ, ਹੁਣ ਮੈਨੂੰ ਜਾਣਾ ਪੈਣਾ ਹੈਗਾ, ਕੁੜੀ ਨੂੰ ਅਫਸਰ ਜੋ ਲਵਾਉਣਾ ਹੈ। ਠੀਕ ਹੈ ਜੀ। ਚਲੋ ਠੀਕ ਹੈ ਜੀ। ਕਬੂਤਰੀ ਨੂੰ ਚੋਗਾ ਤਾਂ ਪਾਤਾ, ਬਸ ਹੁਣ ਖਾ ਲਵੇ, ਫਿਰ ਛੱਡਾਂਗੇ ਬਾਜੀ ਲਈ ਉਡਾਰੀ 'ਤੇ। ਇਹ ਦਿਓ ਮੈਨੂੰ ਜ਼ਿੰਦਗੀ ਦੀ ਬਾਜੀ ਜਿੱਤ ਕੇ। ਬਾਪੂ ਜੀ। ਹਾਂ ਪੁੱਤ। ਮੈਂ ਚਾਹ ਲੈ ਕੇ ਆਈ, ਰਾਤ ਤੁਸੀਂ ਪਾਣੀ ਲਗਾ ਕੇ ਲੇਟ ਹੋ ਗਏ। ਮੈਂ ਨਾ ਤੁਹਾਨੂੰ ਮਿੱਠੀ ਦੀ ਚਾਹ ਨਾਲ ਮਿੱਠੀ ਦੀ ਖਬਰ ਸੁਣਾਉਂਗੀ। ਲਿਆ ਪੁੱਤ ਫਿਰ ਚਾਹ, ਮੈਂ ਬਹਿਣੀ ਚੱਲ ਕੇ। ਆਲੂ ਪਾਪਾ ਜੀ ਚਾਹ। ਲੈ ਪੁੱਤ ਚਾਹ ਤਾਂ ਮਿੱਠੀ ਜੀ ਲਿਆਤੀ, ਹੁਣ ਮੈਨੂੰ ਮਿੱਠੀ ਜੀ ਖਬਰ ਸੁਣਾ, ਕੀ ਕਹਿੰਦਾ ਸੀ ਮੇਰਾ ਪੁੱਤ? ਬਾਪੂ ਜੀ ਥੋੜੀ ਧੀ ਨਾ ਹੁਣ ਜਲਦੀ ਅਫਸਰ ਬਣ ਜੂਗੀ, 50,000 ਰੁਪਏ ਮਹੀਨੇ ਦੀ ਤਨਖਾਹ ਹੋਊਗੀ। ਸੱਚੀ ਪੁੱਤ? ਲੈ ਆ ਤਾਂ ਆਪਣੀ ਰੱਬ ਨੇ ਬਹੁਤ ਨੇੜੇ ਹੋ ਕੇ ਸੁਣ ਲਈ, ਨਾਲੇ ਪੁੱਤ ਕੱਲ ਨੂੰ ਤੂੰ ਘਰੇ ਹੈ, ਕੱਲ ਨੂੰ ਕਿਸੇ ਨੇ ਆਉਣਾ ਪੁੱਤ ਆਪਣੇ ਘਰੇ। ਕੋਈ ਨਾ ਬਾਪੂ। ਲੈ ਪੁੱਤ ਨਾਲੇ ਮੈਂ ਰਾਤ ਨਾ ਮੋਟਰ ਛੱਡ ਆਇਆ ਸੀ, ਆਪਣੀ ਸਾਰੀ ਕਣਕ ਰੰਭ ਗਈ ਹੋਊ, ਮੈਂ ਖੇਤ ਗੇੜਾ ਮਾਰਾਂ ਮਾ ਮੇਰਾ ਪੁੱਤ। ਠੀਕ ਹੈ? ਠੀਕ ਹੈ, ਮੈਂ ਵੀ ਕੰਮ ਕਰ ਲੈਂਦੀ। ਹਾਂਜੀ, ਕਿਵੇਂ ਹੋ ਅਫਸਰ ਸਾਹਿਬ? ਬੜੀ ਛੇਤੀ ਯਾਦ ਕਰ ਲਿਆ। ਹੋ, ਅਸੀਂ ਤਾਂ ਠੀਕ ਹਾਂ, ਤੁਸੀਂ ਦੱਸੋ ਹੋਣ ਵਾਲੇ ਅਫਸਰ ਜੀ, ਤੁਸੀਂ ਕਿਵੇਂ ਹੋ? ਜੇ ਤੁਸੀਂ ਠੀਕ ਹੋ ਤਾਂ ਅਸੀਂ ਵੀ ਠੀਕ ਹਾਂ। ਉਹ ਮੈਂ ਤਾਂ ਐਵੇਂ ਕਹਿੰਦਾ ਸੀਗਾ ਕਿ ਤੁਸੀਂ ਆਪਣੇ ਸਾਰੇ ਡਾਕੂਮੈਂਟ ਅਤੇ ਆਈਡੀ ਅਤੇ ਇੱਕ ਆਪਣੀ ਫੋਟੋ ਮੈਨੂੰ ਸੈਂਡ ਕਰ ਦਿੰਦੇ। ਹਾਂਜੀ, ਮੈਂ ਹੁਣੀ ਕਰਦੀ ਹਾਂ ਅਤੇ ਤੁਹਾਨੂੰ ਕਰਕੇ ਫੋਨ ਕਰਦੀ ਹਾਂ। ਉਹ ਹਾਂਜੀ ਹਾਂਜੀ, ਜਲਦੀ ਕਰੋ ਸੈਂਡ, ਬਾਕੀ ਦੀ ਗੱਲ ਆਪਾਂ ਮਿਲ ਕੇ ਕਰਦੇ ਹਾਂ। ਠੀਕ ਹੈ। ਚੱਲ ਇਹ ਤਾਂ ਸੈਂਡ ਕਰਤੀ, ਹੁਣ ਮੈਂ ਨਾ ਬਾਕੀ ਦੇ ਡਾਕੂਮੈਂਟਸ ਵੀ ਸੈਂਡ ਕਰ ਦਿੰਦੀ ਹਾਂ। ਲੈ ਬਈ ਆ ਗਈ ਫੋਟੋ, ਉਹ ਮੈਨੂੰ ਤਾਂ ਆਹੀ ਡਾਕੂਮੈਂਟ ਚਾਹੀਦਾ ਸੀਗਾ।
प्रीत पुत तू तैयार हो जा, तेनू अज देखने वाले ने आना पुत। ले पापा तुसी मैनू पहला दसना सी, मैं नहीं ब्याह कराना हजे। तू कोई ना पुत तैयार हो जा। गुरविंदर पुत। हाँ जी बापू जी। चलिए ओ चलदे आ बापू। इत्थे बाल जी बाही जे मैं करना थोड़ी जी सैट जिम। हाँ दिन चढ़ता नहीं छिपन लग रहा है जे माड़े मोटे सोने से नखे बन के आवा फिर ही पसंद करनगे। बथेरा सोना है तू, उन्होंने आ जाएगा फिट आ जा चली। ए तो गल हैगी आ, पर काम कर देखदा अगला। कोई इंद्रियां बोदियां देखदा उथे। कुड़ी ने तो अपने पसंद कर ही लेता मैं। अच्छा ओ तो जदों पता लगू भी दो साल हो गए पसंद करी नू। चलो तो बड़ी वधिया गल है, आ जा पता चली। चल चली बाल सैट नहीं कर दिते ते। लै बथेरे हो जाणगे सैट। चल तेजी सिंह मेरे तो ना यकीन मानी धरती पैर नहीं लगता जब तक पता लग्या भी अपनी यारी दोस्ती ना रिश्तेदारी च बदल लग रही है। मैथों तो आप इंद्रजीत सिंह चार नहीं चक्या गया। तेजी सिंह है मुंडा भी सियाणा है अपना, बाकी अजकल भाई जमाना है जिमें बच्चों नूं ठीक लग्या घर का घर है ठीक है। पर तुसी एक बार प्रीत नूं पुछ लो जी इहदा की फैसला है, मैं इहदी मर्जी तो बिना अगे नहीं वधना। दस पुत तू तैयार है इस रिश्ते नूं? अंकल जी वैसे तो मेरा इस रिश्ते नूं लैके कोई इतराज़ नहीं हैगा, पर मैं ना अपना सारा ध्यान पढ़ाई विच ते जॉब वल लगाउणा चाहुंदी आ। प्रीत तू किहड़ी जॉब करनी आ? प्रीत पुत हुण अफसर बनन जा रही है। पुत फिर तो यह बहुत खुशी की गल है, साडी धी अफसर बन जा रही है। हाँ जी अंकल जी, इस करके मैं उन्ना टाइम इस चीज़ां बारे नहीं सोचना चाहुंदी। उस तो बाद जो तुसी कहोगे उदा मैं करन लई राजी आ। कोई नहीं पुत आपां रिश्ते की गल फिर कर लांगे, पहला तू तेरे सुपने पूरे कर ले। हाँ जी अफसर साहब, की बने फिर मेरी अफसरी दा? यार बाकी सारा कुछ तो ठीक है, पर एक पंगा पै गया। की पंगा पै गया दसो? वो कहिंदे जे अफसर लगना है तो 3 लाख रुपया देना पैना है, जे कहिंदे तेरे कोई घर का मैंबर हुंदा फिर तो असीं अजीं भी लवा लैंदे, पर हुण पैसे देने पैने आ। हाँ रिश्वत, पर जस बापू ने तो जमा नहीं मनना है रिश्वत ले। वो तो गल ठीक है तेरी, पर आपको तो कुछ भी करना पैना ना। फिर हम आप की कर सकते हैं? यार मैं तेन एक गल कहनी सी काफ़ी टाइम तो। हाँ जी बोलो। मैं ना तेन प्यार करना गा तो मैं तेरे ना विह करा गा, जे आप दोनों विह करा लीए। पर जस लाइक तो मैं भी तेन कर दी आ, पर आए आप विह किवें करा सकते हैं? हजे कल ही मैं रिश्ते ना करके हटी हाँ। देख ला प्रीत एक बार सोच लै, यहो जे मौके बार बार हाथ चाहते नहीं है। तू सोच छोटी उम्र के अवसर लगना किड्डी बड़ी गल आ, जे तू मेरे ना विह करा लिया तो अवसर तो तू ए चुटकियाँ च लग जाएगी, नाले आपां पैसे देने की कोई लोड़ नहीं। बापू जी गल दसनी है मैं तुहानू। दस पुत मैनू दसेंगी होर किनू दसेंगी? बापू जी एक प्रॉब्लम आ रही है मेरे अफसर बनन च। की प्रॉब्लम आ गई पुत? मेरे छोटी उम्र करके ना मैरिड पाल दे आ। फिर की बड़ी गल है पुत, पत्रा तेजी दे मुंडे नाल गुरविंदर नाल ब्याह कर दिंदे आ? पर बापू जी मैं ना किसी होर नू पसंद करदी आ, ओ मुंडा भी अफसर आ ते ओनी मैनू लवाउणा अफसर। पुत ओदी की थौं टिकाणा पुत, घर बार कोई जात बरादरी कुछ तो दस पुत, अपने हाण पर बणदा है? बापू जी ओ अपनी कास्ट दा नहीं हैगा ते ओ गरीब फैमिली तो बिलोंग करदा। पुत फेर नहीं ये ब्याह हो सकदा, फेर नहीं पुत्ते ब्याह हो सकदा। पर बापू जी एदां तुसी जस मेरा बापू नहीं मानदा पिया अपने ब्याह लई। यार हुण तां अपने कोल इक्को ही रस्ता। रस्ता? की रस्ता आ? आपां कोर्ट मैरिज करवा लैणे आ। तो दिमाग सैट है कि इहो जिहियां गल्लां करी जाना तू? ओ यार तू मेरी गल सुण, कल्ले तेरे बापू दा गुस्सा 10-20 दिनां च ठंडा हो जाऊगा ते उदों तक तू अफसर भी बन जाएगी, अपने सारे काम सैट हो जाणगे। चल ठीक है मैं कपड़े पैक कर लैनी आ। मेरी गल सुण, मैं रात नूं 10 बजे आऊँगा, तू तैयार रही, नाले पैसे चक ली ते नाले थोड़ा जिहा सोना, कई वारी आपां नूं लोड़ पै जांदी है। चल ठीक है।
जस आपा ये किथे आ गया तू मेनू किथे लेके आया ओ तू डर ना ये मेरे दोस्त दा खेत हैगा आपा इत्थे सेफ आ पर जस आपा अद्धी रात नू इत्थे किवें रह सकदे आ मेनू डर लगी जा रिहा ओ फिकर ना कर आपा गहां हुण नेरे च जा नहीं सकदे हैगे जदों सवेर हुई ना आपा गहां वग जांगे तू फिकर ना कर मेनू सच्ची डर लगी जांदा मैं तो एक बार भी नहीं बापू बारे सोचा ले कमली मैं तो रोन लग गई चंगा तेरे मैं हंजू साफ कर ले पुत्र अपना काम तो हो गया जिदे पिछे आप इन टाइम तो चलो भाई सच्ची बहुत डर लगता मेरे बापू तो मैं है ना तू डर ना चलिए चल ਪਾਇਆ ਆਏ ਫੋਨਾਂ 'ਤੇ ਗੱਲ ਨਹੀਂ ਬਣਦੀ ਚਲ ਆਪਾਂ ਜਾ ਕੇ ਦੇਖਦੇ ਹਾਂ ਇਹ ਤਾਂ ਭਾਈ ਚੱਲ ਕੇ ਦੇਖਣਾ ਪਊ ਹੁਣ ਚੱਲ ਤਾਇਆ ਜਾ ਕੇ ਦੇਖਦੇ ਹਾਂ ਚੱਲ ਫਿਰ ਇੱਕ ਮਿੰਟ ਕੁੜੀਆ ਕਿੱਧਰ ਗਈ ਤੇਰੀ ਉਹ ਜਵਾਨ ਹੋਣਾ ਜਿਹੜੀ ਨਾਲ ਤੂੰ ਕਹਿੰਦੀ ਮੇਰੀ ਚੁੰਨੀ ਤੇਰੀ ਪੱਗ ਬਾਬਲਾ ਕਿੱਧਰ ਗਏ ਤੇਰੇ ਉਹ ਵਾਹਦੇ ਹੁਣ ਕਰਕੇ ਹਟੀ ਉਹੀ ਕੰਮ ਜਿਹੜਾ ਨਹੀਂ ਕਰਨਾ ਸੀ ਅੰਕਲ ਜੀ ਉਹ ਮੁੰਡਾ ਪ੍ਰੀਤ ਨਾਲ ਪਿਆਰ ਦੇ ਨਾਂ ਤੇ ਵਪਾਰ ਕਰ ਗਿਆ ਨਿਆਣੀ ਉਮਰ 'ਚ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਨੇ ਪਰ ਤੁਸੀਂ ਇਹਨੂੰ ਇੱਕ ਮੌਕਾ ਹੋਰ ਦਿਓ ਬਾਕੀ ਇਹ ਤੁਹਾਡੇ ਘਰ ਦਾ ਮਸਲਾ ਮੈਂ ਕੁਝ ਨਹੀਂ ਕਹਿ ਸਕਦਾ ਸਾਰੇ ਪਿੰਡ 'ਚ ਥੂ ਥੂ ਕਰਾ ਕੇ ਰੱਖਤੀ ਹੁਣ ਬਣੇਗੀ ਤੂੰ ਅਫਸਰ ਇੰਨੀ ਕੁ ਅਕਲ ਤਾਂ ਤੈਨੂੰ ਅਸੀਂ ਦਿੱਤੀ ਸੀ ਕੁਝ ਤਾਂ ਸੋਚ ਲੈਂਦੀ ਬਾਪੂ ਜੀ ਮੈਂ ਤਾਂ ਆਪਣਾ ਸੁਪਨਾ ਪੂਰਾ ਕਰਨਾ ਸੀ ਮੈਨੂੰ ਨਹੀਂ ਪਤਾ ਸੀਗਾ ਧੋਖੇ ਵਾਸਤੇ ਠੱਗ ਨਿਕਲੂਗਾ ਤਾਂ ਪੁੱਤ ਸਾਰਾ ਕੁਛ ਰੋਲਤਾ ਜਿਹੜੀਆਂ ਅੱਖਾਂ ਦੇ ਵਿੱਚ ਚਮਕ ਹੁੰਦੀ ਸੀ ਨਾ ਤਾਂ ਇਹਨਾਂ 'ਚ ਹੰਝੂ ਭਰਤੇ ਤਾਇਆ ਮੈਂ ਤਾਂ ਕਹਿੰਦਾ ਇਹਨੂੰ ਮਾਰ ਪਰੇ ਉਹਨੂੰ ਮੈਂ ਮਾਰਦਾ ਲੱਭ ਕੇ ਇਹਨੂੰ ਮਰੀ ਨੂੰ ਹੁਣ ਕੀ ਮਾਰਾਂਗੇ ਇਹ ਤਾਂ ਕਿਸੇ ਨੂੰ ਮੂੰਹ ਦਿਖਾਉਣ ਜੋਗਰੀ ਨਹੀਂ ਰਹੀ ਹੁਣ ਉਹ ਆਪਾਂ ਕਿਹੜਾ ਰਹੇ ਹਾਂ ਕੁੜੀਏ ਸਿਉਣਾ ਦੇ ਪੈਸੇ ਕਿੱਥੇ ਨੇ ਵੀਰੇ ਉਹ ਤਾਂ ਲੈ ਗਿਆ ਸਾਰਾ ਕੁਛ ਆਪਣੇ ਨਾਲ ਹੀ 4-5 ਲੱਖ ਦਾ ਤਾਂ ਸਿਉਣਾ ਸੀ 2-3 ਲੱਖ ਰੁਪਇਆ ਨਗਦ ਸੀ 7-8 ਲੱਖ ਰੁਪਇਆ ਰਵੀ ਪੁੱਤ ਕੋਈ ਥੋੜ੍ਹੀ ਗੱਲ ਨਹੀਂ ਹੈਗੀ ਲੱਭੋ ਉਹਨੂੰ ਜੇ ਕਿਤੇ ਮਿਲਦਾ ਗੱਲ ਸੁਣ ਕੁੜੀਏ ਸਾਈਡ ਤੇ ਆ ਤੇਰੇ ਨਾਲ ਤੈਨੂੰ ਕੋਈ ਬਦਤਮੀਜ਼ੀ ਕੀਤੀ ਉਹਨੇ ਨਹੀਂ ਵੀਰੇ ਹੁਣ ਸੁਧਰ ਜਾ ਬਾਪੂ ਦਾ ਤੈਨੂੰ ਪਤਾ ਨਹੀਂ ਪਰ ਮੈਂ ਤੈਨੂੰ ਕਦੇ ਮਾਫ ਨਹੀਂ ਕਰਨਾ ਵੀਰੇ ਮੇਰੇ ਤੋਂ ਗਲਤੀ ਹੋ ਗਈ ਹੁਣ ਤੁਸੀਂ ਜੋ ਕਹੋਗੇ ਮੈਂ ਉਹ ਕਰੂੰਗੀ ਪਲੀਜ਼ ਮੈਨੂੰ ਮਾਫ ਕਰ ਦਿਓ ਬਾਪੂ ਜੀ ਤੁਸੀਂ ਮੇਰੀ ਇੱਕ ਗਲਤੀ ਵੀ ਨਹੀਂ ਮਾਫ ਕਰੋਗੇ ਪੁੱਤ ਗਲਤੀਆਂ ਤਾਂ ਮੈਂ ਤੇਰੀਆਂ 100 ਵੀ ਮਾਫ ਕਰ ਦਿੰਦਾ ਪਰ ਤੂੰ ਐਂ ਤਾਂ ਦੇਖਦਾ ਗਲਤੀ ਕਿਹੜੀ ਕੀਤੀ ਹੈ ਇਹ ਦਾਗ ਦੱਸ ਮੈਂ ਹੁਣ ਕਿਵੇਂ ਸਾਫ ਕਰੂੰਗਾ ਜਿਹੜਾ ਤੂੰ ਲਾਤਾ ਬਾਪੂ ਜੀ ਐਂ ਕਹਿੰਦੇ ਹੋ ਤੁਸੀਂ ਤਾਂ ਫਿਰ ਮੈਨੂੰ ਮਾਰ ਦਿਓ ਮੈਨੂੰ ਸਜ਼ਾ ਦੇਣਾ ਤਾਂ ਤੁਹਾਡਾ ਬਣਦਾ ਆ ਸਜ਼ਾ ਤੈਨੂੰ ਨੀਤੀਏ ਸਜ਼ਾ ਤਾਂ ਮੈਨੂੰ ਮਿਲੀ ਹੈ ਜਿਹੜੇ ਹੱਥਾਂ 'ਚ ਤੂੰ ਖੇਡੀ ਤੀ ਉਹਨਾਂ ਹੱਥਾਂ ਨਾਲ ਮੈਂ ਕਿਵੇਂ ਤੇਰਾ ਗਲਾ ਘੁੱਟਦਾ ਪਤਾ ਨਹੀਂ ਕਿਹੜੀਆਂ ਗਲਤੀਆਂ ਤੇ ਕਿਹੜੇ ਗੁਨਾਹਾਂ ਦੀ ਇਹ ਸਜ਼ਾ ਮਿਲੀ ਹੈ ਲੈ ਪੁੱਤ ਰੋਟੀ ਖਾ ਲੈ ਜਿਹੜੀ ਹੋਣੀ ਸੀ ਉਹ ਤਾਂ ਹੋ ਗਈ ਰੋਟੀ ਖਾ ਲੈ ਮੇਰਾ ਪੁੱਤ ਬਾਪੂ ਜੀ ਜੀ ਨਹੀਂ ਕਰਦਾ ਮੇਰਾ ਤਾਂ ਦਿਲ ਕਰਦਾ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ ਮੈਨੂੰ ਨਹੀਂ ਹੈਗੀ ਭੁੱਖ
ਲੈ ਪੁੱਤ ਜੇ ਤੈਂ ਹੁਣ ਮਰਨ ਦਾ ਮਨ ਹੀ ਬਣਾ ਲਿਆ ਫਿਰ ਮੈਂ ਦੋ ਗਲਾਸਾਂ 'ਚ ਜ਼ਹਿਰ ਪਾ ਲਿਆਉਣਾ ਨਾਲੇ ਤੂੰ ਪੀ ਲਈ ਨਾਲੇ ਮੈਂ ਪੀ ਲੂੰ ਹੋਰ ਕੀ ਬਾਪੂ ਮੈਂ ਤੇਰੇ ਨਾਲ ਕਿੰਨਾ ਮਾੜਾ ਕੀਤਾ ਆ ਬਸ ਮੇਰਾ ਨਾ ਹੁਣ ਤੂੰ ਵਿਆਹ ਕਰ ਦੇ ਮੈਂ ਨਹੀਂ ਅੱਗੇ ਪੜ੍ਹਨਾ ਹੁਣ ਮੈਂ ਪੁੱਤ ਰਿਸ਼ਤੇ ਨੂੰ ਕਿਹੜੇ ਮੂੰਹ ਨਾਲ ਕਿਹਨੂੰ ਕਹਾਂ ਨਾਲੇ ਅੱਜ ਕੱਲ੍ਹ ਪੁੱਤ ਦਾਗੀ ਕੱਪੜੇ ਨੂੰ ਕੌਣ ਲੈਂਦਾ ਹੈ ਚੱਲ ਠੀਕ ਹੈ ਭਾਈ ਰੋਟੀ ਖਾ ਲੈ ਹੁਣ ਤੂੰ तेरे पिंड दा अफसर लग्या होया फोटो हैगी है तेरे कोले ना भाई यार फोटो नहीं है कला नाम ही पता ना यार एवं तो नहीं पता लगना है तू दोस्त है उहदा ਉਹ ਕਿੱਥੇ ਬਈ ਕਾਹਨੂੰ ਆ ਦੋਸਤ ਸਾਲਾ 7 ਲੱਖ 'ਚ ਠੱਗੀ ਮਾਰ ਗਿਆ ਇੱਕ ਵਾਰੀ ਮਿਲ ਜੇ ਉਹਦਾ ਉਹ ਹਾਲ ਕਰੂੰ ਉਹਨੇ ਕਦੇ ਸੋਚਿਆ ਵੀ ਨਹੀਂ ਹੋਣਾ ਨਾ ਬਈ ਯਾਰ ਐਂ ਤਾਂ ਨਹੀਂ ਪਤਾ ਲੱਗਣਾ ਹੈਗਾ ਤੂੰ ਐਂ ਕਰ ਬਈ ਉਹ ਬੰਦੇ ਬੈਠੇ ਨੇ ਕਿ ਉਹਨਾਂ ਤੋਂ ਪੁੱਛ ਲੈ ਯਾਰ ਜਾ ਕੇ ਚੱਲ ਠੀਕ ਆ ਬਈ ਹਾਂ ਉਹ ਕੀ ਹਾਲ ਆ ਜੱਸ ਲੰਘ ਗਿਆ ਸਾਲਾ ਕੋਈ ਗੱਲ ਨਹੀਂ ਪੁੱਤ ਕਿੰਨਾ ਕੁ ਟਾਈਮ ਭੱਜੇਗਾ ਜਿੱਦੇ ਅੜ ਗਿਆ ਉਹਦੀ ਦਿਉ ਪਿੰਨੀ ਪੁੱਤ ਪੜ੍ਹੀ ਲਿਖੀ ਸੀ ਤੂੰ ਕਿਹੜੀ ਸਿਆਣਪ ਕਿੱਥੇ ਗਈ ਇੱਕ ਵਾਰ ਵੀ ਸੋਚਿਆ ਤੈਂ ਅੱਗੇ ਪਿੱਛੇ ਦੇਖ ਲਾਂ ਤੂੰ ਐਡਾ ਕੀ ਮੁੰਡਾ ਰਾਜਾ ਸੀ ਜਿਹੜਾ ਇਹ ਕਦਮ ਚੱਕਣਾ ਪੈ ਗਿਆ ਮੁੰਡਾ ਹੈ ਕਿੱਥੋਂ ਦਾ ਅੰਕਲ ਜੀ ਮੈਂ ਬਾਲਾ ਤਾਂ ਨਹੀਂ ਜਾਣਦੀ ਪਰ ਮੁੰਡਾ ਅਫਸਰ ਲੱਗਿਆ ਹੋਇਆ ਉਹ ਤੁਹਾਡੇ ਪਿੰਡ ਦਾ ਹੀ ਆ तेरी निगाह च मुंडा होर कोई जेड़ा कोई अफसर लग्या होवे आपां तेरा उहदे नाल व्याह कर दिंदे आ तेजी ਤੂੰ ਕਿਹੜੀ ਭਾਸ਼ਾ 'ਚ ਗੱਲ ਕਰ ਰਿਹਾ ਕੁੜੀ ਨਾਲ ਉਹ ਮੈਂ ਤਾਂ ਗੁਰਵਿੰਦਰ ਤੇ ਪ੍ਰੀਤ ਦੇ ਵਿਆਹ ਦੀ ਗੱਲ ਕਰ ਰਿਹਾ ਮਾਫ਼ ਕਰਨਾ ਯਾਰ ਜਾਰੀ ਆਪਣੀ ਥਾਂ ਹੈ ਗੁਰਵਿੰਦਰ ਨਹੀਂ ਮੰਨਦਾ ਇਹ ਰਿਸ਼ਤੇ ਨੂੰ ਉਹਨੇ ਕੋਰੀ ਨਾ ਕਰਤੀ ਪਰ ਅੰਕਲ ਜੀ ਉਹ ਤਾਂ ਮੈਨੂੰ ਪਿਆਰ ਕਰਦਾ ਸੀ ਤੇ ਐਂ ਕਿਵੇਂ ਉਹ ਹੁਣ ਮੈਨੂੰ ਨਾ ਕਰ ਸਕਦਾ ਉਹ ਤਾਂ ਪਿਆਰ ਤਾਂ ਤੈਨੂੰ ਅਫਸਰ ਵੀ ਕਰਦਾ ਸੀ ਜਿਹਦੇ ਨਾਲ ਭੱਜੀ ਸੀ ਤੈਨੂੰ ਇਕੱਲੀ ਨੂੰ ਛੱਡ ਕੇ ਭੱਜ ਗਿਆ ਨਾਲੇ 7 ਲੱਖ ਰੁਪਇਆ ਲੈ ਗਿਆ ਤੇਰਾ ਬਸ ਤੇਜੀ ਆਪਦੀ ਜ਼ਬਾਨ ਨੂੰ ਲਗਾਮ ਦੇ ਮੈਨੂੰ ਭੁੱਲਣਾ ਨਾ ਪੈ ਜੇ ਵੀ ਆਪਾਂ ਯਾਰ ਦੋਸਤ ਆ ਲਗਾਮ ਪਾਉਣੀ ਸੀ ਤੂੰ ਆਪਣੀ ਧੀ ਤੇ ਜਿਹਦੇ ਬਹੁਤ ਮਾਣ ਕਰਦਾ ਸੀ ਕਿਹਦਾ ਕਿਹਦਾ ਮੂੰਹ ਬੰਦ ਕਰੇਗਾ 4-5 ਪਿੰਡਾਂ 'ਚ ਗੱਲ ਫੈਲ ਗਈ ਅੰਕਲ ਜੀ ਮੈਂ ਹੱਥ ਜੋੜਦੀ ਹਾਂ ਪਲੀਜ਼ ਤੁਸੀਂ ਗੁਰਵਿੰਦਰ ਨੂੰ ਮਨਾ ਲਓ ਹੁਣ ਤਾਂ ਇੰਦਰਜੀਤ ਅਫਸਰ ਲੱਭ ਕੇ ਵਿਆਹ ਕਰਦੇ ਸਾਡੇ ਵੀ ਪਿੰਡ 'ਚ ਇੱਜ਼ਤ ਹੈ ਅਸੀਂ ਆਪਦੀ ਬੇਇੱਜ਼ਤੀ ਨਹੀਂ ਕਰਾਉਣੀ ਚੰਗਾ ਹੋਵੇਗਾ ਤੇਜੀ ਤੂੰ ਮੇਰੇ ਘਰੋਂ ਚਲੇ ਜਾ ਤੂੰ ਤਾਂ ਯਾਰ ਜਾਰੀ ਦੀਆਂ ਸਾਰੀਆਂ ਹੱਦਾਂ ਪਾਰ ਕਰਤੀਆਂ ਇੱਥੇ ਕੋਈ ਅਨਰਥ ਨਾ ਹੋ ਜੇ ਬੇਨਤੀ ਹੈ ਤੂੰ ਜਾ ਚੱਲ ਚੰਗਾ ਇੰਦਰਜੀਤ ਸਤਿ ਸ੍ਰੀ ਅਕਾਲ ਮੈਂ ਆਪਣੀ ਯਾਰੀ ਪਿੱਛੇ ਮੁੰਡੇ ਦੀ ਜ਼ਿੰਦਗੀ ਨਹੀਂ ਖਰਾਬ ਕਰ ਸਕਦਾ ਸੌਰੀ ਬਾਪੂ ਮੈਨੂੰ ਮਾਫ ਕਰ ਦੋ ਤੁਹਾਨੂੰ ਮੇਰੇ ਕੰਮ ਹੀ ਕਿੰਨਾ ਕੁ ਸੁਣਨਾ ਪੈ ਰਿਹਾ ਵਾ ਮੇਰੀ ਇੱਕ ਛੋਟੀ ਜੀ ਗਲਤੀ ਤੇ ਗਲਤ ਕਦਮ ਕਰਕੇ ਨਾ ਸਾਰੀ ਉਮਰ ਦਾ ਪਛਤਾਣਾ ਪੱਲੇ ਪੈ ਗਿਆ ਮੇਰੇ ਤੇਰੇ ਲਈ ਤਾਂ ਭਾਈ ਇਹ ਛੋਟੀ ਜੀ ਗਲਤੀ ਹੈ ਮੇਰੇ ਲਈ ਦੇਖ ਜਿਹਦੇ ਕਰਕੇ ਮੈਂ ਆਪਦੀ ਇੱਜ਼ਤ ਅਮਾਨ ਪਿੰਡ 'ਚ ਬਾਹਰ ਸਾਰਾ ਕੁਛ ਗਵਾਤਾ ਸਮਝਦੀ ਹਾਂ ਬਾਪੂ ਮੈਂ ਤੁਹਾਡੀ ਬਹੁਤ ਵੱਡੀ ਗੁਨਾਹਗਾਰ ਹਾਂ ਤੁਸੀਂ ਮੈਨੂੰ ਸਜ਼ਾ ਦੇ ਸਕਦੇ ਹੋ ਪੁੱਤ ਤੇਰਾ ਸੁਪਨਾ ਤਾਂ ਪੂਰਾ ਹੋਇਆ ਨਹੀਂ ਪਰ ਮੇਰਾ ਨਾਂ ਰੋਸ਼ਨ ਜ਼ਰੂਰ ਪੂਰਾ ਕਰਤਾ ਤੈਂ ਜਿਹੜਾ ਹਰ ਗਲੀ ਹਰ ਮਹੱਲੇ ਹਰ ਘਰ ਘਰ ਮੇਰਾ ਨਾਂ ਚੱਲ ਰਿਹਾ ਮੇਰੀ ਗੱਲ ਚੱਲ ਰਹੀ ਹੈ ਯਾਰ ਪਿੰਡ 'ਚ ਐਡਾ ਵੱਡਾ ਕਾਂਡ ਹੋ ਗਿਆ ਹਜੇ ਤੱਕ ਕੋਈ ਗੱਲਬਾਤ ਨਹੀਂ ਹੋਈ ਯਾਰ ਪਿੰਡ 'ਚ
पिंड च किसी पता नहीं लग्या। गुरविंदर को जाके पढ़ते हैं लैने को सक भी गल हुई है कि ना की गलबात है। चल मित्रा गुरविंदर वे ओ गुरविंदर जस है ओए आ जा पुत उत्ती चढ़िया आ गया ता आ गया ओ आ भी शेरा तेनु याद कर रही थी मैं ओ की गल हो गई ताया मेनू याद करी जांदा दीगा के कुड़ी लभ ली मेरे वास्ते कोई ओ नाले सच ओ गुरविंदर दा ब्याह कदों करना है ओ कहना सीगा मेरा रिश्ता पक्का करया जी ओए शेरा केड़े रिश्ते करया थी कुड़ी दा घरे होर ही कांड करता कुड़ी भज गई नाले पैसे लैके भज गई ते अगों मुंडा है जाती अपने खेत छड्ड गया उहनू 7 लख रुपया लैके भज गया उहनू ब्याहस कर गया ओ ताया ये काम तो मैं पहली बारी सुनया हैगा मुंडा पूरा स्कीमी थी उन्होंने लग्या नहीं पता मुंडे का फिर ना पता ते कुड़ी कहंदी थी गुरविंदर नूं उन्हें फोटो दिखाई होनी कहती गुरविंदर कहता भी वह मेरा दोस्त है अपने पिंड की है मुंडा अपने पिंड का कौन हो सकता ताया एक तो अफसर दूजा गुरविंदर का दोस्त यार गुरविंदर के दोस्त मैं सारे जानता अपने पिंड कोई दोस्त अफसर लगी नहीं हो कोई जॉब करता ही नहीं ओ चल ठीक है चंगा ताया मैं चलता मैं कम ज्यादा आ गया बह जा मसा तो हूं आए हैं ओ नहीं नहीं मैं हूँ दो मिनट मिलके बग जाता ओ नहीं मैं कह रही मैं आया जी मैं जाना गा ठीक है मैं तो गलत थान आ गया ठीक है इन्ना शुक्र इन्हों पता नहीं लग्या जे गुरविंदर नाम मैं खुद जाके गल करा की पता वह मान जाए एक बार मैं गल कर दी हाँ कोशिश तो करके वेख ला की सोची जानी है धीए बापू मैं एक बार ना गुरविंदर नाल गल करना चाहनी हाँ इस करके मैं सोच रही हूँ भी उन्होंने घरे जाके मैं गल करा पत्थरों नाल टक्करा मारना पुत हुण कोई फायदा नहीं पर बापू मैं एक बार तो उन्होंने घर जाके गल करके आनी हाँ नफरत करदा इन्नी माड़ी है मैं हुण मैनूं सारे धक्का दे रहे ने गलती प्रीत तूं कीती आ ते तेरी गलती दी सजा असीं सारी उम्र नहीं भुगत सकदे इक वारी प्लीज शांत सुभाव नाल सोच लै प्रीत प्लीज तू इत्थे चली जा तेरे लई मेरे वल्लों सारे दरवाजे बंद ने सिर्फ जायजा देखी सी ते तेरे नाल प्यार कर लिया मेनू की पता सीगा कि तेरा बड़ा मनना नहीं हैगा मेरे बापू नूं ना तमीज नाल बुला फिर मैं सोचा तेनू भजा के तेथों स्कीम ना पैसे कढ़ा लैने ते मैं ओही कीता ओ तू साडियां इज्जतां ते साडियां पग्गां बारे जमे नहीं सोचा रहे प्रीत भी बराबर दी कसूरवार है मैं किहड़ा नूं चक्के ले गया सीगा इह आपदी मर्जी नाल मेरे नाल भज्जी सी दो दिनां दे प्यार पिछे बच्चे मापिआं दा 20 सालां दा प्यार भुला दिंदे ने जो मापिआं ने कीता हुंदा शर्म करो थोड़ी जी की नहीं कीता हुंदा मापिआं ने तुहाडे लई मिट्टी पाओ हुण सारी गल ते जस हुण तू ब्याह करा इहदे नाल कुड़ी नाल मैं नहीं इहदा ना ब्याह कराउंदा हैगा इहदी तां बदनामी होगी मेरा किहड़ा पता लग्गा चाहे मार दो हुण लग गया पुत्त दुनियादारी बारे पता जिहड़ा मां बापां नूं भुला दिंदे ने बच्चे मापे कदे भी बच्चां दा बुरा नहीं सोचदे चंगे ही सोचदे ने जिथे तक सोचदे ने ਕਰਦੇ ਦਾ ਘੋਗਾ ਜਿੱਤ